ਗਰੁੱਪੀ ਸੀ ਕਿ ਇਹ ਜਿਹੜੀ ਜੋੜੀ ਹੈ ਇਹਨੂੰ ਇਸੇ ਤਰ੍ਹਾਂ ਔਰ ਪ੍ਰਾਣ ਵਿਰਾਸਤ ਦੇ ਵਿੱਚ ਰੱਖਿਆ ਜਾਵੇਗਾ, ਇਹਦੀ ਰਿਪੇਅਰ ਕੀਤੀ ਜਾਵੇਗੀ। ਲੇਕਿਨ ਉਹਨਾਂ ਨੇ ਸਾਡੇ ਜਾਤਰ ਕਮੇਟੀ ਵਿੱਚ ਮਤਾ ਹੋਇਆ ਸੀ ਔਰ ਉਹ ਮਤੇ ਤੋਂ ਬਾਹਰ ਜਾ ਕੇ ਜਿਹੜੀ ਉਹਨਾਂ ਨੇ ਇਸ ਤਰ੍ਹਾਂ ਦੀ ਘਰੋਂ ਹਰਕਤ ਕੀਤੀ ਹੈ ਇਹ ਨਾ ਕਾਬਲੇ ਬਰਦਾਸ਼ਤ ਹੈਗੀ। ਅੱਜ ਇਹ ਜੋ ਦਰਸ਼ਨੀ ਡੇਅਰੀ ਅਤੇ ਗਾੜੀ ਜਿਹੜਾ ਕੰਪਲੈਕਸ ਆ ਇਹ ਸੰਗਤਾਂ ਦੀ ਮੰਗ ਅਨੁਸਾਰ ਸਾਰੇ ਕੰਪਲੈਕਸ ਨੂੰ ਖੁੱਲ੍ਹਾ ਕਰਨ ਵਾਸਤੇ ਦਰਸ਼ਨੀ ਡੇਅਰੀ ਦੇ ਵਿੱਚ ਬਹੁਤ ਜ਼ਿਆਦਾ ਤਰੇੜਾਂ ਆਈਆਂ ਪਈਆਂ ਇਸ ਕਰਕੇ ਇਹਨੂੰ ਨਵੀਂ ਸੇਵਾ ਜਿਹੜੀ ਅਧਿਕਾਰ ਸੇਵਾ ਸਤਿਕਾਰਯੋਗ ਸੇਵਾ ਦੇ ਪੁੰਜ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਰਾਹੀਂ ਸੇਵਾ ਸ਼ੁਰੂ ਆਰੰਭ ਕੀਤੀ ਗਈ ਹੈ। ਸੋ ਸੱਚੇ ਪਾਤਸ਼ਾਹ ਮਿਹਰ ਕਰਨ ਇਹ ਛੇਤੀ ਛੇਤੀ ਜਿਹੜੀ ਸੇਵਾ ਵਾ ਦਰਸ਼ਨੀ ਡੇਅਰੀ ਦੀ ਜਿਹੜਾ ਬਾਕੀ ਕੰਪਲੈਕਸ ਬਣਨਾ ਵਾ ਸਾਰਾ ਇਹ ਤਿਆਰ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਦੇ ਸਹਿਯੋਗ ਨਾਲ ਕਰਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਜੋ ਉਹਨਾਂ ਦੀ ਮਨਸ਼ਾ ਮੁਤਾਬਕ ਇੱਥੇ ਦਰਸ਼ਨੀ ਡੇਅਰੀ ਅਤੇ ਬਾਹਰਲੇ ਕੰਪਲੈਕਸ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਦੀ ਤਰਨ ਤਾਰਨ ਵਾਲਿਆਂ ਦਿੱਤੀ ਗਈ ਆ। ਜਿਹੜਾ ਵੀ ਇਹਦੇ ਵਿੱਚ ਉਸੀ ਹੋਇਆ ਉਹਨੂੰ ਬਖਸ਼ਿਆ ਨਾ ਜਾਓ, ਕੱਟ ਤੋਂ ਕੱਟ ਸਜ਼ਾ ਦੇਵਾਂਗੇ। ਕੋਈ ਇਹ ਬਰਦਾਸ਼ਤ ਕਰਨ ਲਈ ਗੁਰੂ ਮਹਾਰਾਜ ਦੀ ਇੱਧਰ ਡਿਊਟੀ ਹੈ, ਇਹ ਆਮ ਕੋਈ ਗੱਲ ਨਹੀਂ ਹੈ, ਸਾਡੀ ਵਿਰਾਸਤੀ ਇਹ ਇਮਾਰਤ ਹੈਗੀ ਔਰ ਇਹਦੇ ਨਾਲ ਜਿਹੜਾ ਕੋਈ ਖਿਲਵਾੜ ਕਰੂਗਾ ਉਹਨੂੰ ਬਖਸ਼ਾਂਗੇ ਨਹੀਂ। ਇਹ ਕੰਪਲੈਕਸ ਦੀ ਸੇਵਾ ਬਹੁਤ ਜ਼ਰੂਰੀ ਸੀ, ਜਿਹੜੀ ਦਰਸ਼ਨੀ ਡੇਅਰੀ ਆ ਇਹਦੇ ਉੱਪਰ ਜਾ ਕੇ ਵੇਖਿਆ ਜਾਵੇ ਤਾਂ ਬਹੁਤ ਹੀ ਮਤਲਬ ਕਿ ਖੋੜਾਂ ਪਈਆਂ, ਜਿੱਦਾਂ ਬਿੱਥਾਂ ਪਈਆਂ ਵਿੱਚ। ਜਿਹੜੀ ਦਰਸ਼ਨੀ ਡੇਅਰੀ ਆ ਇਹਦੇ ਉੱਪਰ ਜਾ ਕੇ ਵੇਖਿਆ ਜਾਵੇ ਤਾਂ ਬਹੁਤ ਹੀ ਮਤਲਬ ਕਿ ਖੋੜਾਂ ਪਈਆਂ, ਜਿੱਦਾਂ ਬਿੱਥਾਂ ਪਈਆਂ ਵਿੱਚ, ਮਤਲਬ ਇਹ ਪੁਰਾਣੀ ਹੋ ਚੁੱਕੀ ਸੀ, ਉੱਤੋਂ ਕੰਡਮ ਹੋ ਚੁੱਕੀ ਆ, ਇਹ ਮੈਨ ਸਾਹਿਬ ਨੇ ਦੱਸਿਆ ਇਹ ਕਾਫੀ ਖਸਤਾ ਹਾਲਤ ਵਿੱਚ ਹੋ ਚੁੱਕੀ ਸੀ, ਜਿਹਦੇ ਵਿੱਚ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਸੀ ਅਤੇ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ। SGPC ਜਿਹੜੀ ਕਹਿ ਰਹੀ ਹੈ ਜੀ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਇਜਾਜ਼ਤ ਹੀ ਨਹੀਂ ਲਈ ਗਈ, ਇਹ ਵਾਕਿਆ ਹੀ ਇਸ ਤਰ੍ਹਾਂ ਦਾ ਕੋਈ ਹਾਲ ਹੋਇਆ ਜੀ? ਇਜਾਜ਼ਤ ਨਹੀਂ ਲਈ ਤੁਸੀਂ ਕੋਈ? ਇਜਾਜ਼ਤ ਲਈ ਗਈ ਆ, ਮਤੇ ਦੀ ਕਾਪੀ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ, ਸਾਨੂੰ ਇਜਾਜ਼ਤ ਵਗੈਰਾ ਅਸੀਂ ਕੋਈ ਕੰਮ ਨਹੀਂ ਕਰਦੇ। ਇਹਦੇ 'ਚ ਲਿਖਿਆ ਹੋਇਆ ਕਿ ਪਹਿਲਾਂ ਮਤਾ ਪਾਇਆ ਗਿਆ ਸੀ ਕਿ ਇਹਨੂੰ ਰਿਪੇਅਰ ਕੀਤਾ ਜਾਵੇ, ਦੁਬਾਰਾ ਮਤਾ ਪਾਇਆ ਗਿਆ ਮੌਕਾ ਦੇ ਕੇ ਇਹ ਰਿਪੇਅਰ ਨਹੀਂ ਹੋ ਸਕਦੀ, ਇਸ ਨੂੰ ਦੁਬਾਰਾ ਨਵੇਂ ਸਿਰੋਂ ਬਣਾਇਆ ਜਾਵੇ। ਪ੍ਰਵਾਨਗੀ ਹੁਣ ਕੀ ਕਾਰਨ ਹੈ ਪ੍ਰਧਾਨ ਜਿਹੜੇ SGPC ਦੇ ਨੇ ਗੋਬਿੰਦ ਸਿੰਘ ਲੌਂਗੋਵਾਲ, ਇਹ ਸਾਈਨ ਨੇ ਚਿੱਠੀ ਤੁਹਾਡੇ ਕੋਲ ਆ ਕਿ ਬਾਵਜੂਦ ਉਹ ਕਹਿ ਰਹੇ ਕਿ ਐਸੀ ਕੋਈ ਗੱਲ ਹੀ ਨਹੀਂ ਹੋਈ, ਮੁੱਕਰ ਰਹੇ ਨੇ, ਕੀ ਕਾਰਨ? ਸ਼ਾਇਦ ਉਹਨਾਂ ਨੂੰ ਚੇਤਾ ਭੁੱਲ ਗਿਆ, ਕੋਈ ਮਤੇ ਬਹੁਤ ਪੈਂਦੇ ਆ ਨਾ, ਪ੍ਰਧਾਨ ਸਾਹਿਬ ਨਵੇਂ ਨੇ, ਉਹਨਾਂ ਨੂੰ ਚੇਤਾ ਹੀ ਭੁੱਲ ਸਕਦਾ, ਬਾਕੀ ਇਹ ਵੀ ਹੋ ਸਕਦਾ ਕਿ ਉਹਨਾਂ ਦੀ ਮਜ਼ਬੂਰੀ ਵੀ ਹੋ ਸਕਦੀ ਹੈ। ਕਿਸ ਤਰ੍ਹਾਂ ਦੀ ਆਪਾਂ ਮਜ਼ਬੂਰੀ ਸਮਝਦੇ ਬਾਬਾ ਜੀ? ਉਹਨਾਂ ਨੂੰ ਪਤਾ ਕੋਈ ਰਾਜਨੀਤੀ ਦਾ ਹੋਊਗਾ, ਕੋਈ ਮਸਲਾ ਜਿੱਦਾਂ ਵੀ ਹੋਊਗਾ, ਉਹਨਾਂ ਨੂੰ ਪਤਾ ਹੋਊਗਾ, ਸਾਨੂੰ ਅਸੀਂ ਕੀ ਕਹਿ ਸਕਦੇ ਹਾਂ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।